ਚਾਬੀ ਨਾਲ ਨਹੀਂ ਚੱਲੀ ਤਾਂ ਧੱਕਾ ਮਾਰ ਕੇ ਕਰ ਲਈ ਸਟਾਰਟ। ਦੇਖੋ ਮੋਟਰਸਾਈਕਲ ਕਿਵੇਂ ਚੋਰੀ ਕਰਕੇ ਲੈ ਗਿਆ ਇਹ ਸ਼ਾਤਰ ਚੋਰ। ਕਿਸ਼ਤਾਂ 'ਤੇ ਸ਼ਖਸ ਨੇ ਮੋਟਰਸਾਈਕਲ ਖਰੀਦਿਆ ਸੀ, ਘਰ ਦੇ ਬਾਹਰ ਖੜ੍ਹਾ ਸੀ। ਇਹ ਪਰਨਾ ਮੂੰਹ 'ਤੇ ਬੰਨੇ ਹੋਏ ਸ਼ਖਸ ਜੋ ਕਿ ਦੇਖ ਰਿਹਾ ਹੈ ਤੁਹਾਨੂੰ CCTV ਤਸਵੀਰਾਂ ਦੇ ਵਿੱਚ, ਇਹ ਸ਼ਖਸ ਚੋਰ ਹੈ। ਪਹਿਲਾਂ ਤਾਂ ਇਹ ਪੂਰੀ ਐਕਟਿੰਗ ਕਰਦਾ ਹੈ ਕਿ ਆਲਾ ਦੁਆਲਾ ਦੇਖਦਾ ਹੈ ਕਿ ਕੋਈ ਇਸ ਨੂੰ ਦੇਖ ਤਾਂ ਨਹੀਂ ਰਿਹਾ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਨੇੜੇ CCTV ਕੈਮਰੇ ਲੱਗੇ ਨੇ, ਉਸ ਦੇ ਵਿੱਚ ਇਸ ਦੀ ਸਾਰੀ ਇਹ ਹਰਕਤ ਕੈਦ ਹੋ ਗਈ ਹੈ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਰਾਮਪੁਰਾ ਦੀ ਭਗਤ ਕਲੋਨੀ ਦੇ ਵਿੱਚ ਇਹ ਵਾਰਦਾਤ ਹੋਈ ਹੈ। ਦਰਅਸਲ ਇੱਕ ਚੋਰ ਜੋ ਕਿ ਦਿਨ ਦਿਹਾੜੇ ਆਉਂਦਾ ਹੈ, ਗਲੀ 'ਚ ਖੜ੍ਹੀ ਪਹਿਲਾਂ ਐਕਟਿਵਾ ਦੇਖਦਾ ਹੈ, ਫਿਰ ਮੋਟਰਸਾਈਕਲ ਦੇਖਦਾ ਹੈ, ਮੋਟਰਸਾਈਕਲ ਨੂੰ ਚਾਬੀ ਲਾਉਂਦਾ ਹੈ। ਮੋਟਰਸਾਈਕਲ ਨੂੰ ਚਾਬੀ ਲਾਉਣ ਤੋਂ ਬਾਅਦ ਜਦ ਮੋਟਰਸਾਈਕਲ ਸਟਾਰਟ ਨਹੀਂ ਹੁੰਦੀ ਤਾਂ ਉਸਨੂੰ ਧੱਕਾ ਮਾਰ ਕੇ ਗੇਅਰ ਪਾ ਕੇ ਸਟਾਰਟ ਕਰ ਲੈਂਦਾ ਹੈ ਅਤੇ ਫਿਰ ਦੇਖਦੇ ਹੀ ਦੇਖਦੇ ਮੋਟਰਸਾਈਕਲ ਉੜਾ ਕੇ ਲੈ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰਾਮਪੁਰਾ ਦੇ ਭਗਤ ਸਿੰਘ ਕਲੋਨੀ ਦੀਆਂ, ਜਿੱਥੇ ਚੋਰੀ ਹੋਈ ਹੈ, ਮੋਟਰਸਾਈਕਲ ਦੀ ਚੋਰੀ ਹੋਈ ਹੈ। ਸ਼ਖਸ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਸੀ। ਆਓ ਪੀੜਤ ਕੋਲੋਂ ਜਾਣਦੇ ਹਾਂ ਉਸਦੀ ਆਪ ਬੀਤੀ। ਅੱਜ ਮੈਂ ਕਮਲ ਰੋਇਲ SVS ਕਲੋਨੀ ਮੇਨ ਸਟਰੀਟ ਨੇੜੇ ਬ੍ਰਾਹਮਣ ਸਭਾ ਮੰਦਰ ਕੋਲੋਂ ਮੇਰਾ ਮੋਟਰਸਾਈਕਲ ਘਰੋਂ ਘਰ ਦੇ ਬਾਹਰੋਂ ਮੈਂ 3 ਵਜੇ ਦੁਕਾਨ ਤੋਂ ਆਇਆ ਸੀ ਰੋਟੀ ਖਾਣ ਵਾਸਤੇ ਘਰੇ, ਅਤੇ 3:45 ਵਜੇ ਮੇਰਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ ਜੀ। ਜੋ ਸੁਪਰ ਸਪਲੈਂਡਰ 2017 ਮਾਡਲ ਬਲੈਕ ਗ੍ਰੇ ਕਲਰ ਦਾ ਸੀ, ਜੋ ਅਸੀਂ ਮੈਨੇ ਤਕਰੀਬਨ 4 ਸਾਲ ਪਹਿਲਾਂ ਸੈਕਿੰਡ ਹੈਂਡ ਖਰੀਦਿਆ ਸੀ। ਬੱਚਿਆਂ ਨੂੰ ਸਕੂਲੋਂ ਲਿਆਉਣ ਅਤੇ ਟਿਊਸ਼ਨ ਤੋਂ ਲਿਆਉਣ ਛੱਡਣ ਦੇ ਵਿੱਚ ਪਰੇਸ਼ਾਨੀ ਆਉਂਦੀ ਸੀ, ਅਤੇ ਆਪਦੇ ਕੰਮ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਖਰੀਦਿਆ ਸੀਗਾ। ਅੱਜ ਕੱਲ੍ਹ ਦੀ ਮਹਿੰਗਾਈ ਦੇ ਵਿੱਚ ਦੇਖੋ ਚੀਜ਼ ਬਣਾਉਣੀ ਬਹੁਤ ਔਖੀ ਹੈ ਜੀ, ਅਤੇ ਅੱਜ ਮੇਰਾ ਮੋਟਰਸਾਈਕਲ ਇਹ ਚੱਕਿਆ ਗਿਆ। ਜੇ ਕਿਸੇ ਨੂੰ ਇਸ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਕਿਰਪਾ ਕਰਕੇ ਮੇਰਾ ਕੰਟੈਕਟ ਨੰਬਰ ਹੈ 90417-98033, ਉਹਦੇ 'ਤੇ ਮੈਨੂੰ ਦੱਸਿਆ ਜਾਵੇ, ਅਤੇ ਆਪਾਂ ਬੰਦੇ ਦਾ ਨਾਮ ਗੁਪਤ ਰੱਖਾਂਗੇ ਵੀਰ ਦਾ, ਅਤੇ ਜੋ ਮਾਣ ਸਤਿਕਾਰ ਹੋ ਸਕਿਆ ਆਪਣੇ ਤੋਂ ਕਰਾਂਗੇ ਉਹਨਾਂ ਦਾ। ਚਾਬੀ ਨਾਲ ਨਹੀਂ ਚੱਲੀ ਤਾਂ ਧੱਕਾ ਮਾਰ ਕੇ ਕਰ ਲਈ ਸਟਾਰਟ। ਦੇਖੋ ਮੋਟਰਸਾਈਕਲ ਕਿਵੇਂ ਚੋਰੀ ਕਰਕੇ ਲੈ ਗਿਆ ਇਹ ਸ਼ਾਤਰ ਚੋਰ। ਕਿਸ਼ਤਾਂ 'ਤੇ ਸ਼ਖਸ ਨੇ ਮੋਟਰਸਾਈਕਲ ਖਰੀਦਿਆ ਸੀ, ਘਰ ਦੇ ਬਾਹਰ ਖੜ੍ਹਾ ਸੀ। ਇਹ ਪਰਨਾ ਮੂੰਹ 'ਤੇ ਬੰਨੇ ਹੋਏ ਸ਼ਖਸ ਜੋ ਕਿ ਦੇਖ ਰਿਹਾ ਹੈ ਤੁਹਾਨੂੰ CCTV ਤਸਵੀਰਾਂ ਦੇ ਵਿੱਚ, ਇਹ ਸ਼ਖਸ ਚੋਰ ਹੈ। ਪਹਿਲਾਂ ਤਾਂ ਇਹ ਪੂਰੀ ਐਕਟਿੰਗ ਕਰਦਾ ਹੈ ਕਿ ਆਲਾ ਦੁਆਲਾ ਦੇਖਦਾ ਹੈ ਕਿ ਕੋਈ ਇਸ ਨੂੰ ਦੇਖ ਤਾਂ ਨਹੀਂ ਰਿਹਾ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਨੇੜੇ CCTV ਕੈਮਰੇ ਲੱਗੇ ਨੇ, ਉਸ ਦੇ ਵਿੱਚ ਇਸ ਦੀ ਸਾਰੀ ਇਹ ਹਰਕਤ ਕੈਦ ਹੋ ਗਈ ਹੈ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਰਾਮਪੁਰਾ ਦੀ ਭਗਤ ਕਲੋਨੀ ਦੇ ਵਿੱਚ ਇਹ ਵਾਰਦਾਤ ਹੋਈ ਹੈ। ਦਰਅਸਲ ਇੱਕ ਚੋਰ ਜੋ ਕਿ ਦਿਨ ਦਿਹਾੜੇ ਆਉਂਦਾ ਹੈ, ਗਲੀ 'ਚ ਖੜ੍ਹੀ ਪਹਿਲਾਂ ਐਕਟਿਵਾ ਦੇਖਦਾ ਹੈ, ਫਿਰ ਮੋਟਰਸਾਈਕਲ ਦੇਖਦਾ ਹੈ, ਮੋਟਰਸਾਈਕਲ ਨੂੰ ਚਾਬੀ ਲਾਉਂਦਾ ਹੈ। ਮੋਟਰਸਾਈਕਲ ਨੂੰ ਚਾਬੀ ਲਾਉਣ ਤੋਂ ਬਾਅਦ ਜਦ ਮੋਟਰਸਾਈਕਲ ਸਟਾਰਟ ਨਹੀਂ ਹੁੰਦੀ ਤਾਂ ਉਸਨੂੰ ਧੱਕਾ ਮਾਰ ਕੇ ਗੇਅਰ ਪਾ ਕੇ ਸਟਾਰਟ ਕਰ ਲੈਂਦਾ ਹੈ ਅਤੇ ਫਿਰ ਦੇਖਦੇ ਹੀ ਦੇਖਦੇ ਮੋਟਰਸਾਈਕਲ ਉੜਾ ਕੇ ਲੈ ਗਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਰਾਮਪੁਰਾ ਦੇ ਭਗਤ ਸਿੰਘ ਕਲੋਨੀ ਦੀਆਂ, ਜਿੱਥੇ ਚੋਰੀ ਹੋਈ ਹੈ, ਮੋਟਰਸਾਈਕਲ ਦੀ ਚੋਰੀ ਹੋਈ ਹੈ। ਸ਼ਖਸ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਸੀ। ਆਓ ਪੀੜਤ ਕੋਲੋਂ ਜਾਣਦੇ ਹਾਂ ਉਸਦੀ ਆਪ ਬੀਤੀ। ਅੱਜ ਮੈਂ ਕਮਲ ਰੋਇਲ SVS ਕਲੋਨੀ ਮੇਨ ਸਟਰੀਟ ਨੇੜੇ ਬ੍ਰਾਹਮਣ ਸਭਾ ਮੰਦਰ ਕੋਲੋਂ ਮੇਰਾ ਮੋਟਰਸਾਈਕਲ ਘਰ ਦੇ ਬਾਹਰੋਂ ਮੈਂ 3:00 ਵਜੇ ਦੁਕਾਨ ਤੋਂ ਆਇਆ ਸੀ ਰੋਟੀ ਖਾਣ ਵਾਸਤੇ ਘਰੇ, ਅਤੇ 3:45 ਵਜੇ ਮੇਰਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ ਜੀ। ਜੋ ਸੁਪਰ ਸਪਲੈਂਡਰ 2017 ਮਾਡਲ ਬਲੈਕ ਗ੍ਰੇ ਕਲਰ ਦਾ ਸੀ,
ਜੋ ਅਸੀਂ ਮੈਨੇ ਤਕਰੀਬਨ 4 ਕੁ ਸਾਲ ਪਹਿਲਾਂ ਸੈਕਿੰਡ ਹੈਂਡ ਖਰੀਦਿਆ ਸੀ। ਬੱਚਿਆਂ ਨੂੰ ਸਕੂਲੋਂ ਲਿਆਉਣ ਅਤੇ ਟਿਊਸ਼ਨ ਤੋਂ ਲਿਆਉਣ ਛੱਡਣ ਦੇ ਵਿੱਚ ਪਰੇਸ਼ਾਨੀ ਆਉਂਦੀ ਸੀ ਅਤੇ ਆਪਦੇ ਕੰਮ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਖਰੀਦਿਆ ਸੀਗਾ। ਅੱਜ ਕੱਲ੍ਹ ਦੀ ਮਹਿੰਗਾਈ ਦੇ ਵਿੱਚ ਦੇਖੋ ਚੀਜ਼ ਬਣਾਉਣੀ ਬਹੁਤ ਔਖੀ ਹੈ ਜੀ। ਅਤੇ ਅੱਜ ਮੇਰਾ ਮੋਟਰਸਾਈਕਲ ਇਹ ਚੱਕਿਆ ਗਿਆ। ਜੇ ਕਿਸੇ ਨੂੰ ਇਸ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਕਿਰਪਾ ਕਰਕੇ ਮੇਰਾ ਕੰਟੈਕਟ ਨੰਬਰ ਹੈ 90417-98033, ਉਹਦੇ 'ਤੇ ਮੈਨੂੰ ਦੱਸਿਆ ਜਾਵੇ। ਅਤੇ ਆਪਾਂ ਬੰਦੇ ਦਾ ਨਾਮ ਗੁਪਤ ਰੱਖਾਂਗੇ ਵੀਰ ਦਾ, ਅਤੇ ਜੋ ਮਾਣ ਸਤਿਕਾਰ ਹੋ ਸਕਿਆ ਆਪਣੇ ਤੋਂ ਕਰਾਂਗੇ ਉਹਨਾਂ ਦਾ।